ਦੂਜੀ ਛੋੜ ਕੁਆਟੜੀ, ਇੱਕ ਸਿਉਂ ਚਿੱਤ ਲਾਏ। ਹੇ ਭਾਈ, ਸਿਰਫ ਇੱਕ ਪਰਮਾਤਮਾ ਨਾਲ ਆਪਣਾ ਚਿੱਤ ਜੋੜੀ ਰੱਖ। ਪ੍ਰਭੂ ਦੀ ਯਾਦ ਤੋਂ ਬਿਨਾਂ ਮਾਇਆ ਦੇ ਮੋਹ ਵਾਲਾ ਕੋਝਾ ਰਸਤਾ ਛੱਡ ਦੇ। ਦੂਜੈ ਭਾਵੀ ਨਾਨਕਾ, ਵਹਿਣ ਲੁੜੰਦੜੀ ਜਾਏ। ਹੇ ਨਾਨਕ, ਹੋਰ ਪਿਆਰਾਂ ਵਿੱਚ ਫਸਿਆ ਜੀਵ ਇਸਤਰੀ ਵਿਕਾਰਾਂ ਦੇ ਵਹਿਣ ਵਿੱਚ ਰੁੜਦੀ ਜਾਂਦੀ ਹੈ। ਤੀਹ ਟੜੇ ਬਾਜ਼ਾਰ ਸੌਦਾ ਕਰਨ ਵਣ ਜਾ ਰਿਹਾ। ਹੇ ਭਾਈ, ਜਗਤ ਵਿੱਚ ਹਰ ਨਾਮ ਦਾ ਵਣਜ ਕਰਨ ਆਏ ਹੋਏ ਜੀਵ ਆਮ ਤੌਰ 'ਤੇ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਹੇਠ ਹੀ ਦੁਨੀਆ ਦਾ ਕਾਰ ਵਿਹਾਰ ਕਰਦੇ ਰਹਿੰਦੇ ਹਨ। ਸੱਚ ਵੱਖਰ ਜਿੰਨੀ ਲੱਦਿਆ ਸੇ ਸੱਚੜੇ ਪਾਸਾਰ। ਅਸਲ ਵਪਾਰੀ ਉਹ ਹਨ ਜਿਨ੍ਹਾਂ ਨੇ ਇੱਥੋਂ ਸਦਾ ਧਿਰ ਹਰ ਨਾਮ ਦਾ ਸੌਦਾ ਲੱਦਿਆ ਹੈ। ਪੰਥਾ ਪ੍ਰੇਮ ਨਾ ਜਾਣੀ ਭੁੱਲੀ ਫਿਰੈ ਗਵਾਰ। ਹੇ ਭਾਈ, ਜਿਹੜੀ ਜੀਵ ਇਸਤਰੀ ਪਰਮਾਤਮਾ ਦੇ ਪ੍ਰੇਮ ਦਾ ਰਸਤਾ ਨਹੀਂ ਜਾਣਦੀ, ਉਹ ਮੂਰਖ ਇਸਤਰੀ ਜੀਵਨ ਦੇ ਸਹੀ ਰਾਹ ਤੋਂ ਖੁੰਝ ਕੇ ਭਟਕਦੀ ਫਿਰਦੀ ਹੈ। ਨਾਨਕ ਹਰ ਬਿਸਰਾਏ ਕੈ ਪੌਦੇ ਨਰਕ ਅੰਧਾਰ। ਹੇ ਨਾਨਕ, ਪਰਮਾਤਮਾ ਦੀ ਯਾਦ ਭੁਲਾ ਕੇ ਜੀਵ ਘੋਰ ਨਰਕ ਵਿੱਚ ਪਏ ਰਹਿੰਦੇ ਹਨ। ਮਾਇਆ ਮਨੋ ਨਾ ਵਿਸਰੈ, ਮੰਗੈ ਦਮਾ ਦਮ। ਹੇ ਭਾਈ, ਮਾਇਆ ਵੇਲੇ ਮਨੁੱਖ ਦੇ ਮਨ ਤੋਂ ਮਾਇਆ ਕਦੇ ਨਹੀਂ ਭੁੱਲਦੀ, ਉਹ ਹਰ ਵੇਲੇ ਧਨ ਹੀ ਧਨ ਭਾਲਦਾ ਰਹਿੰਦਾ ਹੈ। ਸੋ ਪ੍ਰਭ ਚਿੱਤ ਨਾ ਆਵਈ, ਨਾਨਕ ਨਹੀਂ ਕਰਮ। ਉਹ ਪਰਮਾਤਮਾ ਜੋ ਸਭ ਕੁਝ ਦੇਣ ਵਾਲਾ ਹੈ, ਉਸਦੇ ਚਿੱਤ ਵਿੱਚ ਨਹੀਂ ਆਉਂਦਾ। ਪਰ ਹੇ ਨਾਨਕ, ਉਹ ਮਾਇਆ ਵੇੜਿਆ ਮਨੁੱਖ ਵੀ ਕੀ ਕਰੇ, ਨਾਮ ਧਨ ਉਸ ਦੀ ਕਿਸਮਤ ਵਿੱਚ ਹੀ ਨਹੀਂ। ਤੀਚਰ ਮੂਲ ਨਾ ਥੋੜੀਂਦੋ, ਜਿਚਰ ਆਪ ਕਿਰਪਾਲ। ਜਿਤਨਾ ਚਿਰ ਪਰਮਾਤਮਾ ਆਪ ਦਇਆਵਾਨ ਰਹਿੰਦਾ ਹੈ, ਉਤਨਾ ਚਿਰ ਇਹ ਧਨ ਕਦੇ ਵੀ ਨਹੀਂ ਮੁੱਕਦਾ। ਸ਼ਬਦ ਅਖੁੱਠ ਬਾਬਾ ਨਾਨਕਾ, ਖਾਹੇ ਖਰਚ ਧਨ ਮਾਲ। ਹੇ ਨਾਨਕ ਆਖ, ਹੇ ਭਾਈ, ਪਰਮਾਤਮਾ ਦੀ ਸਿਫਸਲਾ ਐਸਾ ਧਨ ਹੈ, ਐਸਾ ਮਾਲ ਹੈ, ਜੋ ਕਦੇ ਮੁੱਕਦਾ ਨਹੀਂ। ਇਸ ਧਨ ਨੂੰ ਆਪ ਵਰਤਿਆ ਕਰ, ਹੋਰਨਾਂ ਵਿੱਚ ਵੀ ਵੰਡਿਆ ਕਰ। ਖੰਭ ਵਿਕੰਦੜੇ ਜੇ ਲਹਾਂ, ਕਿੰਨਾ ਸਾਵੀ ਤੋਲ। ਹੇ ਭਾਈ, ਜੇ ਮੈਂ ਕਿਤੇ ਖੰਭ ਲੱਭ ਲਵਾਂ ਤਾਂ ਮੈਂ ਆਪਣਾ ਆਪ ਦੇ ਕੇ ਉਸਦੇ ਬਰਾਬਰ ਤੋਲ ਕੇ ਉਹ ਖੰਭ ਲੈ ਲਵਾਂ। ਤਨ ਜੜਾਈ ਆਪਣੈ, ਲਹਾਂ ਸੋ ਸੱਜਣ ਟੋਲ। ਮੈਂ ਉਹ ਖੰਭ ਆਪਣੇ ਸਰੀਰ ਉੱਤੇ ਜੜ ਲਵਾਂ ਅਤੇ ਉਡਾਰੀ ਲਾ ਕੇ ਭਾਲ ਕਰਕੇ ਉਸ ਸੱਜਣ ਪ੍ਰਭੂ ਦਾ ਮਿਲਾਪ ਹਾਸਲ ਕਰ ਲਵਾਂ। ਭਾਵ ਆਪਾ ਭਾਵ ਸਦਕੇ ਕੀਤਿਆਂ ਹੀ ਉਹ ਆਤਮਕ ਉਡਾਰੀ ਲੱਗਦੀ ਹੈ, ਜਿਸ ਦੀ ਬਰਕਤ ਨਾਲ ਪਰਮਾਤਮਾ ਲੱਭ ਪੈਂਦਾ ਹੈ। ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਹਾਂ ਦੈ ਸਾਹੋ। ਹੇ ਭਾਈ, ਅਸਲ ਮਿੱਤਰ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਪਾਤਸ਼ਾਹ ਹੈ, ਜੋ ਦੁਨੀਆ ਦੇ ਸਾਰੇ ਪਾਤਸ਼ਾਹ ਦੇ ਸਿਰ 'ਤੇ ਪਾਤਸ਼ਾਹ ਹੈ, ਸਭ ਦੁਨਿਆਵੀ ਪਾਤਸ਼ਾਹਾਂ ਤੋਂ ਵੱਡਾ ਹੈ। ਜਿਸ ਪਾਸ ਬੈਠਿਆਂ ਸੋਹੀ ਹੈ, ਸਭਨਾ ਦਾ ਵੇਸਾ ਹੋ। ਉਹ ਪ੍ਰਭੂ ਪਾਤਸ਼ਾਹ ਸਭ ਜੀਵਾਂ ਦਾ ਆਸਰਾ ਹੈ। ਉਹ ਐਸਾ ਹੈ ਕਿ ਉਸਦੇ ਪਾਸ ਬੈਠਿਆਂ ਲੋਕ ਪਰਲੋਕ ਦੀ ਸੋਭਾ ਖੱਟ ਲਈ ਦੀ ਹੈ।
ਏਕ ਓਂਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਕੇਵਲ ਇੱਕ ਹੈ, ਸੱਚੇ ਗੁਰੂ ਦੀ ਦਇਆ ਨਾਲ ਉਹ ਪਾਇਆ ਜਾਂਦਾ ਹੈ। ਸਲੋਕ ਮਹੱਲਾ 9। ਇਹ ਸਲੋਕ ਧੰਨ ਗੁਰੂ ਤੇਗ ਬਹਾਦਰ ਜੀ ਦੇ ਉਚਾਰਨ ਕੀਤੇ ਹੋਏ ਹਨ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਆਕਾਰਤ ਕੀਨ। ਹੇ ਭਾਈ, ਜੇ ਤੂੰ ਪਰਮਾਤਮਾ ਦੇ ਗੁਣ ਕਦੇ ਨਹੀਂ ਗਾਏ ਤਾਂ ਤੂੰ ਆਪਣਾ ਮਨੁੱਖਾ ਜਨਮ ਨਿਕੰਮਾ ਕਰ ਲਿਆ। ਕਹੋ ਨਾਨਕ ਹਰ ਭਜ ਮਨਾ, ਜਿਹ ਵਿਧ ਜਲ ਕੋ ਮੀਨ। ਹੇ ਨਾਨਕ ਆਖ, ਹੇ ਮਨ, ਪਰਮਾਤਮਾ ਦਾ ਭਜਨ ਕਰਿਆ ਕਰ ਅਤੇ ਉਸਨੂੰ ਇਉਂ ਜ਼ਿੰਦਗੀ ਦਾ ਆਸਰਾ ਬਣਾ ਜਿਵੇਂ ਪਾਣੀ ਨੂੰ ਮੱਛੀ ਆਪਣੀ ਜ਼ਿੰਦਾ ਆਸਰਾ ਬਣਾਈ ਰੱਖਦੀ ਹੈ। ਵੇਖਣ ਸੋ ਕਾਹੇ ਰਚਿਓ, ਨਿਮਖ ਨਾ ਹੋਏ ਉਦਾਸ। ਹੇ ਭਾਈ, ਤੂੰ ਵਿਸ਼ਿਆਂ ਨਾਲ ਕਿਉਂ ਇਤਨਾ ਮਸਤ ਰਹਿੰਦਾ ਹੈ? ਤੂੰ ਅੱਖ ਚਮਕਣ ਜਿੰਦਨੇ ਸਮੇਂ ਲਈ ਵੀ ਵਿਸ਼ਿਆਂ ਤੋਂ ਚਿੱਤ ਨਹੀਂ ਹਟਾਉਂਦਾ। ਕਹੋ ਨਾਨਕ ਭਜ ਹਰ ਮਨਾ, ਪਰ ਹੈ ਨਾ ਜਮ ਕੀ ਪਾਸ। ਹੇ ਨਾਨਕ ਆਖ, ਹੇ ਮਨ, ਪਰਮਾਤਮਾ ਦਾ ਭਜਨ ਕਰਿਆ ਕਰ, ਭਜਨ ਦੀ ਬਰਕਤ ਨਾਲ ਜਮਾ ਦੀ ਫਾਹੀ ਗਲ ਵਿੱਚ ਨਹੀਂ ਪੈਂਦੀ। ਤਰਨ ਆਪੋ ਉਹੀ ਗਇਓ, ਲਿਓ ਜਰਾ ਤਨ ਚੀਤ। ਹੇ ਭਾਈ, ਤੇਰੀ ਜਵਾਨੀ ਬੇਪਰਵਾਹੀ ਵਿੱਚ ਹੀ ਲੰਘ ਗਈ, ਹੁਣ ਬੁਢੇਪੇ ਨੇ ਤੇਰੇ ਸਰੀਰ ਨੂੰ ਜਿੱਤ ਲਿਆ ਹੈ। ਕਹੋ ਨਾਨਕ ਭਜ ਹਰ ਮਨਾ, ਔਦ ਜਾਤ ਹੈ ਬੀਤ। ਹੇ ਨਾਨਕ ਆਖ, ਹੇ ਮਨ, ਪਰਮਾਤਮਾ ਦਾ ਭਜਨ ਕਰਿਆ ਕਰ, ਉਮਰ ਲੰਘਦੀ ਜਾ ਰਹੀ ਹੈ। ਬਿਰਧ ਪਿਓ ਸੂਜੈ ਨਹੀਂ, ਕਾਲ ਪਹੁੰਚਿਓ ਆਨ। ਹੇ ਨਾਨਕ ਆਖ, ਹੇ ਚੱਲੇ ਮਨੁੱਖ, ਤੂੰ ਕਿਉਂ ਪਰਮਾਤਮਾ ਦਾ ਭਜਨ ਨਹੀਂ ਕਰਦਾ? ਵੇਖ, ਤੂੰ ਹੁਣ ਬੁੱਢਾ ਹੋ ਗਿਆ ਹੈ। ਕਹੋ ਨਾਨਕ ਨਰ ਬਾਵਰੇ, ਕਿਉਂ ਨਾ ਭਜੈ ਭਗਵਾਨ। ਹੇ ਨਾਨਕ ਆਖ, ਪਰ ਤੈਨੂੰ ਅਜੇ ਵੀ ਇਹ ਸਮਝ ਨਹੀਂ ਆ ਰਹੀ ਕਿ ਮੌਤ ਸਿਰ 'ਤੇ ਆ ਪਹੁੰਚੀ ਹੈ। ਧਨ ਦਾਰਾ ਸੰਪਤ ਸਗਲ, ਜਿਨ ਆਪਣੀ ਕਰ ਮਾਨ। ਹੇ ਭਾਈ, ਧਨ ਇਸਤਰੀ ਸਾਰੀ ਜਾਇਦਾਦ, ਇਸ ਨੂੰ ਆਪਣੀ ਕਰਕੇ ਨਾ ਮੰਨ। ਇਨ ਮੈਂ ਕਛ ਸੰਗੀ ਨਹੀਂ, ਨਾਨਕ ਸਾਚੀ ਜਾਨ। ਹੇ ਨਾਨਕ ਆਖ, ਹੇ ਭਾਈ, ਇਹ ਗੱਲ ਸੱਚੀ ਸਮਝ ਕਿ ਇਹਨਾਂ ਸਾਰਿਆਂ ਵਿੱਚੋਂ ਕੋਈ ਇੱਕ ਵੀ ਤੇਰਾ ਸਾਥੀ ਨਹੀਂ ਬਣ ਸਕਦਾ। ਪਤਿਤ ਉਦਾਹਰਣ ਭੈ ਹਰਨ, ਹਰ ਅਨਾਥ ਕੇ ਨਾਥ। ਹੇ ਭਾਈ, ਪ੍ਰਭੂ ਜੀ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਉਣ ਵਾਲੇ ਹਨ, ਸਾਰੇ ਡਰ ਦੂਰ ਕਰਨ ਵਾਲੇ ਹਨ ਅਤੇ ਨਿਖਸਮਿਆਂ ਦੇ ਖਸਮ ਹਨ। ਕਹੋ ਨਾਨਕ ਤਹਿ ਜਾਨੀਐ, ਸਦਾ ਬਸਤ ਤੁਮ ਸਾਥ। ਹੇ ਨਾਨਕ ਆਖ, ਹੇ ਭਾਈ, ਉਸ ਪ੍ਰਭੂ ਨੂੰ ਇਉਂ ਸਮਝਣਾ ਚਾਹੀਦਾ ਹੈ ਕਿ ਉਹ ਸਦਾ ਤੇਰੇ ਨਾਲ ਵਸਦਾ ਹੈ। ਤਨ ਧਨ ਜਿਹ ਤੋ ਕਹੋ ਦਿਓ, ਤਾਂ ਸਿਓ ਨਿਹੋ ਨਾ ਕੀਨ। ਹੇ ਚੱਲੇ ਮਨੁੱਖ, ਜਿਸ ਪਰਮਾਤਮਾ ਨੇ ਤੈਨੂੰ ਸਰੀਰ ਦਿੱਤਾ, ਧਨ ਦਿੱਤਾ, ਤੂੰ ਉਸ ਨਾਲ ਪਿਆਰ ਨਾ ਪਾਇਆ। ਕਹੋ ਨਾਨਕ ਨਰ ਬਾਵਰੇ, ਅਬ ਕਿਉਂ ਦੌਲਤ ਦੀਨ। ਹੇ ਨਾਨਕ ਆਖ, ਫਿਰ ਹੁਣ ਆਤੁਰ ਹੋ ਕੇ ਘਬਰਾਇਆ ਕਿਉਂ ਫਿਰਦਾ ਹੈ? ਭਾਵ ਉਸ ਹਰੀ ਨੂੰ ਯਾਦ ਕਰਨ ਤੋਂ ਬਿਨਾਂ ਘਬਰਾਉਣਾ ਤਾਂ ਹੋਇਆ ਹੀ। ਧਨ ਧਨ ਸੰਪੈ ਸੁਖ ਦਿਓ, ਅਰ ਜਹ ਨੀਕੇ ਧਾਮ।
ਜਿਸ ਪਰਮਾਤਮਾ ਨੇ ਸਰੀਰ ਦਿੱਤਾ, ਧਨ ਦਿੱਤਾ, ਜਾਇਦਾਦ ਦਿੱਤੀ, ਸੁੱਖ ਦਿੱਤੇ ਅਤੇ ਸੋਹਣੇ ਘਰ ਦਿੱਤੇ। ਕਹੋ ਨਾਨਕ ਸੁਨ ਰੇ ਮਨਾ, ਸਿਮਰਤ ਕਾਹੇ ਨਾ ਰਾਮ। ਹੇ ਨਾਨਕ ਆਖ, ਹੇ ਮਨ ਸੁਣ, ਉਸ ਪਰਮਾਤਮਾ ਦਾ ਤੂੰ ਸਿਮਰਨ ਕਿਉਂ ਨਹੀਂ ਕਰਦਾ? ਸਭ ਸੁੱਖ ਦਾਤਾ ਰਾਮ ਹੈ, ਦੂਸਰ ਨਾਹੀਨ ਕੋਈ। ਪਰਮਾਤਮਾ ਹੀ ਸਾਰੇ ਸੁੱਖ ਦੇਣ ਵਾਲਾ ਹੈ, ਉਸ ਦੇ ਬਰਾਬਰ ਦਾ ਹੋਰ ਕੋਈ ਦੂਜਾ ਨਹੀਂ ਹੈ। ਕਹੋ ਨਾਨਕ ਸੁਣ ਰੇ ਮਨਾ, ਤੇਹ ਸਿਮਰਤ ਗਤ ਹੋਏ। ਹੇ ਨਾਨਕ ਆਖ, ਹੇ ਮਨ, ਉਸਦਾ ਨਾਮ ਸਿਮਰਦਿਆਂ ਉੱਚੀ ਆਤਮਕ ਅਵਸਥਾ ਵੀ ਪ੍ਰਾਪਤ ਹੋ ਜਾਂਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।